पन्ना विखे दिल्ली अमृतसर नैशनल हाईवे उपर तेज रफ्तार ट्रक बेकाबू हो के सड़क किनारे बने ढाबिया नाल जा टकराया। ट्रक ने एक ढाबा मुलाजम नु दरड़ दिता जिसकी मौके ते ही मौत हो गई। 10 to 15 लोगों ने मौके तो भज के अपनी जान बचाई। हादसे की CCTV भी सामने आई है। दूजे पासे जानकारी दिंदे हुए सरकारी हस्पताल दे डॉक्टर आशीष गोयल ने कहा कि हस्पताल विच आए जख्मी दी पहला ही मौत हो चुकी थी। रिपोर्ट जन कल्याण TV पत्रकार हनीश कौशल। गुरदीप सिंह जी, ते हादसा की होया, की देखा तुसी? ए सारे ढाबे दे कार क्रॉस होण लगी सीगी, ओ कार लंघी सिद्धी, ए ट्रक तेज आ रिहा सीगा, ए गड्डी इधर नूं घुम गई। ते की होया फिर? ए जाके पहला खंभे दे वज्जी जी, ते मैं पिछे नूं भज लिया, ओ मूहरे मुंडा बैठा सीगा, ओ खंभे दे वज के ओ गां मुंडा लाख जर खंभे ओदे सिर ते लादा खंभा वज जाणा ज्यादा कोई ज्यादा, फिर गड्डी दी फैर वज्जी होई। ਉਹ ਮੁੰਡਾ ਗਿਰ ਗਿਆ, ਉਹ ਗੱਡੀ ਆ ਕੇ ਸਿੱਧੀ ਉਹਦੇ 'ਚ ਵੱਜੀ, ਕਾਰ 'ਚ ਕਾਰ ਉਹਦੇ 'ਚ ਟਕਰਾ ਗਈ। ਅਤੇ ਕਿਸੇ ਦੀ ਜਾਨ ਵੀ ਗਈ ਹੈ? ਜਾਨ ਆ ਮੁੰਡੇ ਦੀ, ਜਿਹੜਾ ਢਾਬੇ ਦੇ ਬੰਦੇ ਕੰਮ ਕਰਦਾ ਜੀ ਉਹਦੀ ਮੌਤ ਹੋ ਗਈ ਹੈ ਜੀ। ਅਤੇ ਹੋਰ ਕਿੰਨੇ ਲੋਕਾਂ ਨੇ ਕਿਵੇਂ ਜਾਨ ਬਚਾਈ ਆਪਣੀ? ਬਸ ਉਹ ਗੱਡੀ ਉਹਦੇ ਕੈਬਨ ਕਰਕੇ ਬਚ ਗਈ ਜੀ, ਜਿੱਦਾਂ ਜੇ ਮੂਹਰੇ ਕੈਬਨ ਆਉਂਦਾ ਫਿਰ ਗੱਡੀ ਸਿੱਧੀ ਅੰਦਰ ਜਾਣੀ ਸੀ, ਪਤਾ ਨਹੀਂ ਕਿੰਨਾ ਕਿ ਗੱਡੀ ਵਾਲਾ ਜਾਨ ਲੈਂਦਾ ਜੀ। ਅਤੇ ਤੁਸੀਂ ਕਿਵੇਂ ਜਾਨ ਬਚਾਈ ਆਪਣੀ? ਮੈਂ ਤਾਂ ਭੱਜ ਲਿਆ ਪਿੱਛੇ ਨੂੰ, ਮੈਂ ਦੇਖ ਲਿਆ ਟਰੱਕ ਘੁੰਮ ਗਿਆ ਤੁਸੀਂ। ਟਰੱਕ ਕਿੰਨਾ ਕੁ ਤੇਜ਼ ਸੀ ਜੀ? ਬਹੁਤ ਤੇਜ਼ ਸੀਗਾ ਜੀ। ਅਤੇ ਕੀ ਮੰਨਦੇ ਹੋ, ਕੀ ਗਲਤੀ ਹੋਈ ਹੈ? ਗਲਤੀ ਆ ਸਰ, ਅਸੀਂ ਆਪਣਾ ਬਚਾਓ ਕਰ ਲਿਆ, ਅਤੇ ਮੰਗ ਕੀ? ਬਾਕੀ ਮੰਗ ਇਹ, ਗੱਡੀ ਵਾਲਾ ਤਾਂ ਬ੍ਰੇਕ ਨਹੀਂ ਲੱਗਿਆ ਹੈਗਾ, ਗੱਡੀ ਇੱਧਰ ਨੂੰ ਘੁੰਮ ਗਈ ਹੈ, ਹੋਰ ਤਾਂ ਬਸ ਇੰਨੀ ਗਈ। ਮੇਰਾ ਨਾਮ ਬਲਵਿੰਦਰ ਕੁਮਾਰ ਹੈ ਜੀ। ਅਤੇ ਕੀ ਹਾਦਸਾ ਹੋਇਆ ਢਾਬੇ 'ਤੇ? ਇਹ ਢਾਬੇ 'ਤੇ ਹੋਇਆ ਜੀ, ਇੱਧਰੋਂ ਗੱਡੀ ਆ ਰਹੀ ਸੀਗੀ, ਉੱਪਰੋਂ ਰੋਡ ਤੋਂ ਆਈ ਆ, ਇੰਨੀ ਸਪੀਡ ਨਾਲ ਆਈ ਆ, ਇਹ ਫਸਾਂ ਤਾਂ ਅੱਖ ਝਮਕਦੇ ਨੂੰ ਪਤਾ ਲੱਗਿਆ ਵੀ ਗੱਡੀ ਅੰਦਰ ਆ ਵੜੀ। ਸਾਡਾ ਜਵਾਕ ਇੱਥੇ ਖੜਾ ਸੀਗਾ ਅੰਦਰ ਹੀ, ਗੱਡੀ ਆ ਕੇ ਉਹਦੇ ਉੱਤੇ ਚੜ੍ਹ ਗਈ, ਜਵਾਕ ਵਿਚਾਰਾ ਸਾਡਾ ਚਲੇ ਗਿਆ ਜੀ। ਬਾਕੀ ਤਾਂ ਚਲੋ ਨੁਕਸਾਨ ਆ, ਉਹਦਾ ਤਾਂ ਆਮ ਨੁਕਸਾਨ ਆ ਜੀ, ਉਹ ਤੋਂ ਬੜਾ ਨੁਕਸਾਨ ਤਾਂ ਕੋਈ ਨਹੀਂ ਹੋ ਸਕਦਾ ਹੈਗਾ। ਅਤੇ ਕਿੱਥੋਂ ਗੱਡੀ ਆ ਰਹੀ ਸੀ? ਗੱਡੀ ਇੱਥੋਂ ਰੋਡ ਤੋਂ ਆਈ ਆ ਜੀ, ਸਾਨੂੰ ਤਾਂ ਬਸ ਅੰਦਰ ਵੜਦੀ ਹੈ, ਪਤਾ ਲੱਗਿਆ ਵੀ ਗੱਡੀ ਅੰਦਰ ਆ ਗਈ ਢਾਬੇ 'ਤੇ। ਅਤੇ ਉਸ ਟਾਈਮ ਕਿੰਨੇ ਕੁ ਲੋਕ ਮੌਜੂਦ ਸੀ ਇੱਥੇ? ਇੱਥੇ ਨਾਲ ਦੇ ਢਾਬੇ 'ਤੇ ਵੀ ਬੈਠੇ ਸੀਗੇ ਜੀ, ਉਹ ਵੀ ਭੱਜ ਕੇ ਜਾਨ ਬਚਾਈ ਹੈ, ਬਾਕੀ ਲੋਕ ਆਲੇ ਦੁਆਲੇ ਨੂੰ ਭੱਜ ਲਏ ਜੀ, ਉਹ ਜਵਾਕ ਵਿਚਾਰਾ ਬਸ ਇੱਥੇ ਖੜਾ ਸੀਗਾ, ਉਹਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਜੀ। ਅਤੇ ਕਿੰਨੀ ਕੁ ਰਫ਼ਤਾਰ ਲੱਗਦੀ ਸੀ ਗੱਡੀ ਦੀ? ਗੱਡੀ ਦੀ ਤਾਂ ਜੀ ਇੰਨੀ ਰਫ਼ਤਾਰ ਤੀ, ਦੇਖੋ ਵੀ ਉਹ ਪੋਲ ਪੱਟ ਕੇ ਸਾਰਾ ਕੁਝ, ਫਿਰ ਤਾਂ ਗੱਡੀ ਕਹਾਂ ਲੰਘ ਕੇ ਆਈ ਆ, ਬਹੁਤ ਰਫ਼ਤਾਰ 'ਤੇ ਆਈ ਆ ਗੱਡੀ। ਅਤੇ ਕਿਸਦਾ ਕਿਹਦਾ ਕਸੂਰ ਮੰਨਦੇ ਇਸ ਵਿੱਚ? ਕਸੂਰ ਤਾਂ ਜੀ ਹੁਣ ਉਹਦਾ ਦਾਰੂ ਪੀਤੀ ਸੀਗੀ ਜੀ, ਨਸ਼ਾ ਕਰਿਆ ਸੀਗਾ, ਕਸੂਰ ਤਾਂ ਸਾਰਾ ਗੱਡੀ ਦਾ ਹੀ ਹੈ। ਅਤੇ ਜੇ ਹੋਰ ਵੀ ਲੋਕ ਚਪੇਟ ਜਾ ਜਾਂਦੇ ਤਾਂ ਕਿੰਨੀਆਂ ਕੁ ਜਾਨਾਂ ਜਾ ਸਕਦੀਆਂ ਸੀ? ਇੱਥੇ ਕਮ ਸੇ ਕਮ ਜੀ 10-15 ਬੰਦੇ ਫਿਰ ਫਿਰਦੇ ਸੀਗੇ ਜੀ। ਅਤੇ ਹੁਣ ਕੀ ਮੰਗ ਕਰਦੇ ਹੋ ਜੀ? ਇਹ ਤਾਂ ਜੀ ਇਨਸਾਫ ਮੰਗਦੇ ਹਾਂ ਵੀ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ, ਇਹਨੂੰ ਸਖ਼ਤ ਤੋਂ ਸਖ਼ਤ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਨਸ਼ੇ ਕਰਕੇ ਲੋਕ ਗੱਡੀਆਂ ਚਲਾ ਰਹੇ ਨੇ ਇਹਨਾਂ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਮੈਨੂੰ ਸੁਪ੍ਰੀਤ ਸਿੰਘ ਵੀਰੇ, ਅਤੇ ਕੀ ਹਾਦਸਾ ਹੋਇਆ ਢਾਬੇ 'ਤੇ? ਉਹ ਵੀਰੇ ਸਰਵਿਸ ਲੈਣ 'ਤੇ ਟਰੱਕ ਆ ਰਿਹਾ ਸੀਗਾ, ਉਹ ਉੱਪਰੋਂ ਗੱਡੀ ਉੱਤਰ ਰਹੀ ਸੀਗੀ, ਉਹਨੂੰ ਦੇਖ ਕੇ ਉਹਨੇ ਬੇਕੰਟਰੋਲ ਹੋ ਗਿਆ, ਇੱਧਰ ਨੂੰ ਘੁਮਾ ਦੇ ਟਰੱਕ ਵੱਲ ਨੂੰ ਢਾਬੇ ਵੱਲ ਨੂੰ, ਅਤੇ ਨਾਲ ਦੇ ਢਾਬੇ ਦਾ ਬੰਦਾ ਮਰ ਗਿਆ, ਉਹਨੇ ਸਿੱਧੀ ਲਿਆ ਕੇ ਢਾਬੇ 'ਚ ਵਾੜੀ ਗੱਡੀ। ਅਤੇ ਕਿੰਨੇ ਕੁ ਲੋਕ ਮੌਜੂਦ ਸੀ ਉਹ ਢਾਬੇ 'ਤੇ ਟਰੱਕ ਵੜਿਆ ਜੀ? ਢਾਬੇ 'ਤੇ ਸੀਗੇ ਵੀਰੇ 10-15 ਦਾ ਡਰਾਈਵਰ ਦੀ ਦਾਰੂ ਪੀਤੀ ਹੋਈ ਸੀਗੀ। ਰੋਟੀ ਖਾ ਰਹੇ ਸੀਗੇ, ਉਹ ਵੀ ਭੱਜ ਕੇ ਉਹਨਾਂ ਨੇ ਆਪਣੀ ਜਾਨ ਬਚਾਈ। ਜਿਹੜੇ ਲੋਕ ਸੀ ਉਹਨਾਂ ਨੇ ਕਿਵੇਂ ਜਾਨ ਬਚਾਈ ਆਪਣੀ? ਭੱਜ ਕੇ ਵੀਰੇ, ਭੱਜ ਕੇ ਜਾਨ ਬਚਾਈ ਉਹਨਾਂ ਨੇ। ਤੇ ਕੀ ਮੰਗ ਕੀ ਕਰਦੇ ਹੋ ਫਿਰ ਜੀ? ਬਸ ਇਨਸਾਫ ਮਿਲੇ ਵੀਰੇ, ਜਿਹੜਾ ਜੋ ਨੁਕਸਾਨ ਹੋਇਆ ਸਾਡਾ ਉਹ ਸਾਨੂੰ ਮੁਆਵਜ਼ਾ ਹੋਵੇ ਮਿਲੇ ਸਾਨੂੰ, ਕਿ ਜਿਹੜਾ ਵਿਚਾਰਾ ਜਿਹਦੀ ਜਾਨ ਗਈ ਹੈ ਅਤੇ ਉਹਦੀ ਫੈਮਿਲੀ ਦਾ, ਉਹਦੀ ਫੈਮਿਲੀ ਨੂੰ ਮਿਲੇ ਕੁਛ। ਮੈਂ ਆਪਕਾ? ਮੇਰਾ ਨਾਮ ਰਾਹੁਲ ਹੈ ਜੀ। ਰਾਹੁਲ ਜੀ ਕਹਾਂ ਕੰਮ ਕਰਤੇ ਹੋ ਆਪ? ਲਿਬੜੇ ਢਾਬੇ ਪੇ। ਕਿਆ ਹੁਆ ਆਪ? ਵਹਾਂ ਪਰ ਬੰਦਾ ਇੱਕ ਬਾਹਰ ਮੇਂ ਪਾਰਕਿੰਗ ਮੇਂ ਸੀਟੀ ਮਾਰ ਰਹਾ ਥਾ, ਬਾਕੀ ਢਾਬਾ ਕਹੀਂ ਕੰਮ ਕਰ ਰਹੇ ਥੇ, ਉਸੀ ਪੇ ਗਾੜੀ ਵਾਲਾ ਆਇਆ, ਉਸੀ ਮੇਂ ਠੋਕ ਦੀਏ ਬੰਦੇ ਕੋ। ਗਾੜੀ ਕਹਾਂ ਢਾਬੇ ਮੋੜ? ਜੀ ਢਾਬੇ ਮੇਂ ਵੱਟ ਗਈ ਸੀਟ। ਕੌਨ ਸੀ ਗਾੜੀ ਥੀ? ਟਰੱਕ ਥਾ। ਔਰ ਕਿਆ ਹੁਆ ਉਸਕੇ ਬਾਅਦ? ਉਸਕੇ ਬਾਅਦ ਉਸਕੀ ਡੈਥ ਹੋ ਗਈ ਬੰਦੇ ਕੀ। ਕਿਆ ਨਾਮ ਹੈ ਜਿਸਕੀ ਡੈਥ ਹੋਈ? ਤਿਲਕ ਰਾਮ। ਇਹ ਕਿਆ ਕੰਮ ਕਰਦਾ ਵਹਾਂ ਪੇ? ਵਹਾਂ ਸੀਟੀ ਮਾਰਤਾ ਹੈ ਜੀ ਬਾਹਰ। ਅੱਛਾ, ਇੱਕਦਮ ਹਾਦਸਾ ਕਿਤਨੇ ਵਜੇ ਅਭੀ ਹੁਆ ਹੈ? ਹਾਦਸਾ ਹੁਆ ਹੈ ਅਭੀ ਹੁਆ ਹੈ ਜੀ 12:30 ਕੇ ਕਰੀਬ ਮੈਂ। ਅੱਛਾ, ਔਰ ਕਿਆ ਮੰਗ ਕਰਤੇ ਹੋ ਆਪ ਜੋ ਐਸੇ ਹੁਆ ਹਾਦਸਾ? ਜੀ ਬਾਕੀ ਹਮ ਸਭ ਤੋਂ ਗਰੀਬ ਹੈ ਸਰ, ਕੁਛ ਨਾ ਕੁਛ ਤੋਂ ਕਰੋ ਜੀ। ਔਰ ਬੰਦੇ ਵੀ ਕੋਈ ਜ਼ਖਮੀ ਹੋਏ ਹੈ? ਨਹੀਂ ਬਸ ਇੱਕ ਹੀ ਲੋਕ। ਔਰ ਕਿਤਨਾ ਕੁ ਨੁਕਸਾਨ ਹੋ ਗਿਆ ਗਾੜੀ ਸੇ ਢਾਬੇ ਕਾ? ਢਾਬੇ ਕਾ ਵੀ ਨੁਕਸਾਨ ਹੋਇਆ ਹੈ ਕਾਫੀ, ਬਾਕੀ ਬੰਦੇ ਕਾ ਤੋ ਡੈਥ ਹੋ ਗਿਆ ਸਰ। ਮਲਿਕਰਾਮ। ਮਲਿਕਰਾਮ ਕਿਆ ਹੁਆ? ਉਸਕੋ ਐਕਸੀਡੈਂਟ ਹੁਆ ਹੋਟਲ ਮੈਂ ਸਰ। ਕਿਆ ਹੁਆ, ਕਿਸ ਤਰ੍ਹਾਂ? ਦਾਰੂ ਪੀ ਗਏ ਹੋ ਜਾਂ ਕਾ ਨਾਮ ਹੈ, ਡਰਾਈਵਰ ਗਾੜੀ ਚੜਾ ਗਿਆ। ਕੈਸੇ ਗਾੜੀ ਕਹਾਂ ਬੜ ਗਿਆ? ਟਰੱਕ ਹੋਟਲ ਮੇਂ ਬੜ ਗਿਆ ਸਿੱਧਾ। ਅੱਛਾ, ਉਸਕੇ ਸਾਥ ਕਿਆ ਹੁਆ ਉਸਕੇ ਬਾਅਦ? ਉਸਕੇ ਬਾਅਦ ਐਕਸੀਡੈਂਟ ਹੋ ਗਿਆ ਉਸਕਾ, ਮਰ ਗਿਆ ਵਹੀ ਪਰ ਤੁਰੰਤ। ਕਿਆ ਨਾਮ ਹੈ ਜਿਸਕੀ ਡੈਥ ਹੋਈ ਹੈ? ਤਿਲਕ ਰਾਮ।
क्या काम करता था डब्बे में? होटल पे काम करता था। क्या काम करता था वो? मतलब झाड़ू पोछा का काम करता था, मतलब सर्विस करता था। और भी कोई नुकसान हुआ है किसी का? और सर होटल वाले का नुकसान हुआ होगा, तो वहाँ पर पहुँच नहीं पाया हूँ, गया था तुरंत वापस, वहाँ पर देखा ट्रक खड़ा है, बस लास्ट आया तुरंत बैठ ही चले गए। डॉक्टर साहब की मामला है एक जेड़ा एक डेड बॉडी होने आई है, की हैगा सी? एक साढ़े को लेके आए हैं तिलक राम नाम दे नू, ते 17 साल उम्र है, ते ये जेड़े असी चेक किया ब्रॉड डेड ने, ठीक है, ते एंबुलेंस इन्होंने लेके आई सी इस वक्त, रिलेटिव इन्होंने नाल है। कुछ दस्या जी उन्होंने की एक्सीडेंट की वजह? कुछ नहीं, हाले कोई और डिटेल का पता नहीं है, असी तो जस्ट जरा है चेक किया मतलब है नहीं है। किन्नी उम्र? 17 साल उम्र है। ਕਿੰਨੀ ਸੱਟ ਸੁੱਟ ਲੱਗੀ ਹੋਈ ਸੀ ਜਦ ਦੇਖਿਆ ਚੈੱਕ ਕੀਤਾ ਗਿਆ? ਨਹੀਂ ਸੱਟ ਤਾਂ ਚਲੋ ਹੈਗੀ, ਬਾਕੀ ਤਾਂ ਜੋ ਪੋਸਟ ਫਿਲਹਾਲ ਇਹਨਾਂ ਦਾ ਪੋਸਟਮਾਰਟਮ ਜੋ ਵੀ ਹੈ ਪੁਲਿਸ ਦੇ ਅਕੋਰਡਿੰਗਲੀ ਜੋ ਰਿਕੁਐਸਟ ਆਏਗੀ ਉਹਦੇ ਹਿਸਾਬ ਨਾਲ ਹੋਏਗਾ, ਅਤੇ ਫਿਲਹਾਲ ਆਪਾਂ ਮੋਰਚਰੀ ਸ਼ਿਫਟ ਕਰਤਾ ਕਸਟਡੀ ਦੇ ਵਿੱਚ ਆਪਣੀ, ਅਤੇ ਪੁਲਿਸ ਦੀ ਵੇਟ ਹੈ, ਜਦੋਂ ਹੀ ਪੁਲਿਸ ਆਏਗੀ ਅਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਕੀਤੀ ਜਾਏਗੀ। ਕੀ ਐਕਸੀਡੈਂਟ ਆਇਆ ਜੀ ਕੋਈ? ਹਾਂ ਹਿਸਟਰੀ ਜੋ ਰਿਲੇਟਿਵਸ ਨੇ ਦੱਸੀ ਉਹਦਾ ਐਕਸੀਡੈਂਟ ਦੀ ਹੀ ਦੱਸੀ ਹੈ। देश विदेश अते लोकल शहरां दियां तरों ताजियां खबरां देखण दे लई साडा ए यूट्यूब चैनल जन कल्याण टीवी नूं सबसक्राइब करना ना भुल्लिओ, ते नाल ही बैल आइकॉन भी ऑन कर दो ताकि जदों भी असीं नवीं तों नवीं कोई न्यूज़ अपलोड करिए तां उहदी नोटिफिकेशन तुहाडे तक जल्द तों जल्द पहुंच जाए। सो सबसक्राइब जन कल्याण टीवी।